ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਫਿਰ ਜੁੜੇ ਹੈਗੇ ਆ ਬਰਗਾੜੀ ਦੀ ਧਰਤੀ ਤੋਂ। 4 ਸਾਲ ਦਾ ਸਮਾਂ ਹੋ ਚੁੱਕਾ ਵਾ ਇਸ ਧਰਤੀ ਉੱਤੇ ਜਿੱਥੇ ਕਿ ਗੁਰੂ ਮਹਾਰਾਜ ਦੇ ਜਿਹੜੇ ਇਸ ਜਗ੍ਹਾ ਦੇ ਉੱਤੇ ਖਿਲਾਰੇ ਗਏ ਸੀ, ਇਸ ਧਰਤੀ 'ਤੇ ਖਿਲਾਰੇ ਗਏ ਸੀ। ਅਜੇ ਤੱਕ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈਗੀ ਆ। 6.5 ਮਹੀਨੇ ਬਰਗਾੜੀ 'ਚ ਮੋਰਚਾ ਲੱਗਾ, ਉਹ ਤੋਂ ਬਾਅਦ ਦੇ ਵਿੱਚ ਵੀ ਜਿਹੜੀ ਇਨਸਾਫ ਦੀ ਅਜੇ ਵੀ ਗੁਹਾਰ ਲਗਾਈ ਜਾ ਰਹੀ ਆ। ਅੱਜ 4 ਸਾਲ ਤੋਂ ਜਿਹੜਾ ਕਿ ਪਸ਼ਚਾਤਾਪ ਸਮਾਗਮ ਕਰਾਇਆ ਗਿਆ ਸੀ, ਜਿਹਦੇ ਵਿੱਚ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ। ਵਿਸ਼ੇਸ਼ ਤੌਰ 'ਤੇ ਭਾਈ ਧਿਆਨ ਸਿੰਘ ਜੀ ਮੰਡ ਸਾਡੇ ਨਾਲ ਹੈਗੇ ਆ, ਜਿਹਨਾਂ ਸ਼ਮੂਲੀਅਤ ਕੀਤੀ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ 4 ਸਾਲ ਤੋਂ ਕਿਵੇਂ ਦਾ ਲੱਗਦਾ, ਸਰਕਾਰਾਂ ਬਦਲ ਚੁੱਕੀਆਂ ਵਾਂ, ਰੁਝਾਨ ਹੋਏ ਹੈਗੇ ਆ, ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਵਾ ਕਿ ਇਨਸਾਫ ਮਿਲੂਗਾ ਬਰਗਾੜੀ ਦੇ, ਜਾਂ ਬੇਅਦਬੀਆਂ 'ਤੇ ਜਿਹੜੀਆਂ ਕਿ ਲਗਾਤਾਰ ਚੱਲ ਰਹੀਆਂ ਹੈਗੀਆਂ। ਸਿੰਘ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 4 ਸਾਲ ਹੋ ਚੁੱਕੇ ਆ, 6.5 ਮਹੀਨੇ ਤੁਸੀਂ ਵੀ ਸੰਘਰਸ਼ ਕੀਤਾ ਸੀ ਉੱਥੇ, 6.5 ਮਹੀਨੇ ਬਰਗਾੜੀ ਦੀ ਧਰਤੀ ਉੱਤੇ, ਕੀ ਲੱਗਦਾ ਕੀ ਪ੍ਰਾਪਤੀ, ਕਿਉਂਕਿ ਕੌਮ ਪੁੱਛਦੀ ਆ। ਉਹ ਤੋਂ ਬਾਅਦ ਜੇ ਆਪਾਂ ਗੱਲ ਕਰੀਏ, 6.5 ਮਹੀਨੇ ਤੋਂ ਬਾਅਦ ਵਿਅਕਤੀਆਂ ਦਾ ਵੀ ਕੋਈ ਅਜੇ ਤੱਕ ਦੋਸ਼ੀ ਫੜ ਦਿੱਤ ਲਏ ਜਾਂਦੇ ਆ, ਛੱਡ ਦਿੱਤੇ ਜਾਂਦੇ ਆ, ਕੀ ਲੱਗਦਾ ਹੈ? ਸਾਢੇ 4 ਸਾਲ ਦੇ ਲਗਭਗ ਗੁਰੂ ਗ੍ਰੰਥ ਸਾਹਿਬ ਚੋਰੀ ਹੋਈ ਦੀ ਘਟਨਾ ਨੂੰ ਹੋ ਗਏ ਨੇ। ਉਸ ਤੋਂ ਬਾਅਦ ਬੜੇ ਮਾਰਚ ਵੀ ਕੱਢੇ ਗਏ, ਬਰਗਾੜੀ ਦਾ ਮੋਰਚਾ ਵੀ ਲੱਗਿਆ, ਪਰਚੇ ਵੀ ਦਰਜ ਹੋਏ, ਜੇਲ੍ਹਾਂ 'ਚ ਵੀ ਗਏ, ਸਾਰਾ ਕੁਛ ਹੋਇਆ, ਦੇਸ਼ ਧਰੋਹ ਦੇ ਪਰਚੇ ਦਰਜ ਹੋਏ, ਪਰ ਇਨਸਾਫ ਕਿਤੇ ਦਿਸਦਾ ਨਹੀਂ। ਮੈਂ ਸਮਝਦਾ ਹਾਂ ਕਿ ਸਰਕਾਰਾਂ ਨਾਲੋਂ ਅਤੇ ਕਾਨੂੰਨ ਨਾਲੋਂ ਜਿਹੜੀ ਸਭ ਤੋਂ ਵੱਡੀ ਅਦਾਲਤ ਆ, ਉਹ ਰੱਬ ਦੀ ਅਦਾਲਤ ਆ ਜਾਂ ਲੋਕਾਂ ਦੀ ਅਦਾਲਤ ਆ। ਲੋਕਾਂ ਦੀ ਅਦਾਲਤ ਦੇ ਵਿੱਚ ਜਿਹੜੇ ਫੈਸਲੇ ਹੁੰਦੇ ਨੇ, ਉਹਨਾਂ ਨੂੰ ਕੋਈ ਉਲਟਾ ਨਹੀਂ ਸਕਦਾ, ਨਾ ਪਹਿਲਾਂ ਵਾਲੀ ਸਰਕਾਰ ਅਤੇ ਨਾ ਹੁਣ ਵਾਲੀ ਸਰਕਾਰ, ਇਹ ਕਿਸੇ ਵੀ ਰੂਪ ਦੇ ਵਿੱਚ ਸਿੱਖ ਕੌਮ ਨੂੰ ਇਨਸਾਫ ਦੇਣ ਦੇ ਰੌਂ ਵਿੱਚ ਨਹੀਂ। ਅਗਰ ਕਿਸੇ ਨੂੰ ਥੋੜ੍ਹੀ ਬਹੁਤੀ ਹਿੱਲ ਜੁੱਲ ਕਰਨੀ ਪਈ, ਗੁਰੂ ਗ੍ਰੰਥ ਸਾਹਿਬ ਦੇ ਜੇ ਦੋਸ਼ੀ ਫੜੇ, ਅਣਪਛਾਤੀ ਜਿਹੜੀ ਪੁਲੀਸ ਸੀ ਉਹਦੇ 'ਤੇ ਪਰਚੇ ਦਰਜ ਹੋਏ, ਸਿਆਸੀ ਬੰਦਿਆਂ ਦੇ ਉੱਤੇ ਚਲਾਣ ਪੇਸ਼ ਹੋਏ, ਉਹ ਨਾਮਜ਼ਦ ਹੋਏ, ਅਤੇ ਇਹ ਸੰਗਤ ਦੀ ਅਦਾਲਤ ਦਾ ਕਰਕੇ ਹੋਏ ਨੇ, ਜਿਹੜੇ ਲੱਖਾਂ ਲੋਕ ਬਰਗਾੜੀ 6.5 ਮਹੀਨੇ ਸ਼ਾਂਤਮਈ ਢੰਗ ਦੇ ਨਾਲ, 6.5 ਮਹੀਨਿਆਂ ਦੇ ਵਿੱਚ ਜਦੋਂ ਕਿਸੇ ਨੇ ਉੱਥੇ ਇੱਕ ਦੂਜੇ ਨੂੰ ਫਿਟੇ ਮੂੰਹ ਤੱਕ ਨਹੀਂ ਕਿਹਾ, ਚਪੇੜ ਨਹੀਂ ਮਾਰੀ, ਅਤੇ ਪੂਰੇ ਦੀ ਪੂਰੀ ਦੁਨੀਆ ਦੀ ਜਿਹੜੀ ਸੰਗਤ ਸੀ, ਸਿੱਖ ਸੰਗਤ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀ, ਉਹ ਜਦੋਂ ਇੱਥੇ ਜੁੜ ਗਈ ਕਰੋੜਾਂ ਦੀ ਗਿਣਤੀ ਦੇ ਵਿੱਚ, ਈਵਨ ਕਿ ਇੱਥੋਂ ਤੱਕ ਕਿ ਦੂਸਰੇ ਧਰਮਾਂ ਦੇ ਲੋਕਾਂ ਨੇ ਵੀ ਇਸ ਸ਼ਾਂਤਮਈ ਮੋਰਚੇ ਦੇ ਵਿੱਚ ਆਪਣਾ ਵੱਧ ਚੜ੍ਹ ਕੇ ਯੋਗਦਾਨ ਪਾਇਆ, ਅਤੇ ਆਪਣੇ ਜਥੇ ਲਿਆਉਣੇ, ਹਿੰਦੂ ਮੁਸਲਮਾਨ ਈਸਾਈ ਸਾਰੇ ਨੇ ਸ਼ੁਰੂ ਕਰ ਦਿੱਤੇ। ਉਹ ਫਿਰ ਦੇਸ਼ ਨੂੰ ਜਾਂ ਮੌਕੇ ਦੀਆਂ ਸਰਕਾਰਾਂ ਨੂੰ ਸਹਿਣ ਕਰਨਾ ਬੜਾ ਔਖਾ ਸੀ, ਅਤੇ ਫਿਰ ਉਹਨਾਂ ਨੂੰ ਨਾ ਚਾਹੁੰਦਿਆਂ ਹੋਇਆਂ ਮੈਂ ਕਹਿ ਰਿਹਾ ਕਿ ਇਹ ਜਿਹੜੀ ਕਾਰਵਾਈ ਹੋਈ ਹੈ ਅਤੇ ਇਹ ਉਹਨਾਂ ਨੂੰ ਕਰਨੀ ਪਈ, ਪਰ ਸਾਡਾ ਅਜੇ ਢਿੱਡ ਨਹੀਂ ਭਰਿਆ, ਅਸੀਂ ਕੋਈ ਵੱਖਰੇ ਵੱਖਰੇ ਨਹੀਂ ਹੈਗੇ, ਨਾ ਸਾਡੇ ਵਿੱਚ ਵੰਡੀਆਂ ਪਈਆਂ। ਅੱਜ ਵੀ ਖਾਲਸਾ ਪੰਥ, ਖਾਲਸਾ ਕੌਮ ਜਿਹੜੀ ਹੈ ਦੇਸ਼ ਵਿਦੇਸ਼ ਵਿੱਚ ਬੈਠੀ ਹੈ, ਉਹ ਅੱਜ ਵੀ ਇੱਕ ਮੁੱਠ। ਮੈਂ ਤਾਂ ਇਹ ਤਜਰਬਾ ਕੀਤਾ ਹੈ, ਮੈਂ ਇਹ ਚੰਗੀ ਤਰ੍ਹਾਂ ਸਮਝ ਲਿਆ ਕਿ ਸੰਗਤ ਹਮੇਸ਼ਾ ਇੱਕ ਮੁੱਠ ਆ, ਉਹਨਾਂ ਨੂੰ ਸਮਝਣ ਦੀ ਸੰਗਤ ਨੂੰ ਅਤੇ ਚਲਾਉਣ ਦੀ ਲੋੜ ਆ, ਅਤੇ ਸੰਗਤ ਹਮੇਸ਼ਾ ਸਾਥ ਦਿੰਦੀ ਆ। ਅੱਜ ਵੀ ਸੰਗਤ ਦੇ ਜਿਹੜਾ ਮਨ ਦੇ ਵਿੱਚ ਰੋਸ ਆ, ਅਸੀਂ ਵਿਸ਼ਵਾਸ ਕੀਤਾ ਇੱਕ ਵਾਰੀ ਸਰਕਾਰ ਦੇ ਉੱਤੇ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਆ ਕੇ ਉੱਥੇ ਸਹੁੰ ਚੁੱਕੀ ਆ, ਉੱਥੇ ਐਲਾਨ ਕੀਤੇ ਨੇ ਕਿ ਅਸੀਂ ਇਹ ਹੂ ਬੂ ਜੋ ਖਾਲਸਾ ਪੰਥ ਦੀਆਂ ਜੋ ਮੰਗਾਂ ਨੇ ਇਹਨਾਂ ਨੂੰ ਅਸੀਂ ਮੰਨਾਂਗੇ, ਅਸੀਂ ਉਡੀਕ ਕਰ ਰਹੇ ਹਾਂ। ਮਨ ਸਾਹਿਬ, ਉਸ ਉਹੀ ਸਰਕਾਰ ਤੁਹਾਡੇ ਕੋਲ ਉੱਥੇ ਆਣ ਕੇ ਮੰਗਾਂ ਮੰਨਣ ਦੀ ਗੱਲਬਾਤ ਕਰਦੇ ਆ, ਉਹ ਮੰਤਰੀ ਆ, ਉਹ ਮੰਤਰੀ ਜਿਹੜੇ ਅਖਬਾਰ ਬਾਅਦ ਵਿੱਚ ਸਟੇਟਮੈਂਟ ਦਿੰਦੇ ਆ ਕਿ ਇਹ ਬਰਗਾੜੀ ਮੋਰਚਾ ਕਾਂਗਰਸ ਵੱਲੋਂ ਲਾਇਆ ਗਿਆ ਸੀ, ਇਹਦੇ ਵਿੱਚ ਕੀ ਸੱਚਾਈ ਹੈ? ਬਰਗਾੜੀ ਮੋਰਚਾ ਕਾਂਗਰਸ ਵੱਲੋਂ ਲਵਾਇਆ ਗਿਆ ਸੀ, ਲਾਇਆ ਗਿਆ ਸੀ ਜਾਂ ਬਾਦਲ ਨੇ ਲਵਾਇਆ ਸੀ, ਹੈ ਨਾ,
ਇਹ ਤਾਂ ਜਿਹੜਾ ਬੰਦਾ ਗੱਲ ਕਰਦਾ ਹੈ ਇਹ ਉਹਦੇ ਆਪਣੇ ਮਨ ਦੀ ਅਵਸਥਾ, ਪਰ ਜਿਨ੍ਹਾਂ ਨੇ ਬਰਗਾੜੀ ਮੋਰਚਾ ਲਾਇਆ ਹੈ, ਜਿਨ੍ਹਾਂ ਨੇ ਨਿਭਾਇਆ, ਉਹਨਾਂ ਵਾਸਤੇ ਸੰਗਤ ਅਤੇ ਗੁਰੂ ਜਿਹੜਾ ਉਹ ਹਮੇਸ਼ਾ ਹਾਜ਼ਰ ਨਾਜ਼ਰ ਹੁੰਦਾ। ਇਹ ਸੰਗਤ ਦਾ ਮੋਰਚਾ ਸੀ, ਇਹ ਸੰਗਤ ਨੇ ਲਾਇਆ ਸੀ, ਇਨਸਾਫ ਲੈਣ ਵਾਸਤੇ ਲਾਇਆ ਸੀ। ਜਿਹੜਾ ਕੋਈ ਬੋਲਦਾ ਹੈ ਉਹ ਆਪਣੇ ਬਿਆਨ ਦਾ ਆਪ ਜ਼ਿੰਮੇਵਾਰ ਆ। ਐਸੀ ਗੱਲ ਨਾ ਸੀ, ਨਾ ਇਤਿਹਾਸ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਕੋਈ ਲੱਭ ਸਕੂਗਾ। ਜਿਹੜਾ ਬੰਦਾ ਬਖਲਾਟ ਦੇ ਵਿੱਚ ਆ ਜਾਂਦਾ ਨਾ, ਉਹ ਊਲ ਜਲੂਲ ਕੁਛ ਵੀ ਬੋਲ ਸਕਦਾ। ਮੈਂ ਸਮਝਦਾ ਕਿ ਸੁੱਖੀ ਰੰਧਾਵੇ ਨੂੰ ਕੋਈ ਗੁੱਸਾ ਹੋਰ ਹੋਣਾ ਅਤੇ ਉਹਨੇ ਬਖਲਾਹਟ ਦੇ ਵਿੱਚ ਆ ਕੇ ਜਿਹੜਾ ਬਿਆਨ ਦਿੱਤਾ ਅਤੇ ਉਹਨੂੰ ਇਹ ਦਰੁਸਤ ਕਰਨਾ ਚਾਹੀਦਾ, ਨਹੀਂ ਤਾਂ ਇਹਦਾ ਜਿਹੜਾ ਖਮਿਆਜਾ ਉਹ ਵੀ ਭੁਗਤਣਾ ਪਊਗਾ। ਬਰਗਾੜੀ ਮੋਰਚੇ ਤੋਂ ਬਾਅਦ 'ਚ ਅਗਲਾ ਸਟੈਪ ਤੁਸੀਂ ਚੁੱਕਿਆ ਸੀ, ਕਿਹਾ ਕਿ ਬਰਗਾੜੀ ਮੋਰਚਾ ਪੜਾਅ ਦੂਜੇ 'ਤੇ ਚੱਲੂਗਾ, ਪਰ ਕਿਤੇ ਨਾ ਕਿਤੇ ਖਲੋ ਗਿਆ ਬਰਗਾੜੀ ਮੋਰਚਾ ਉਹ ਤੋਂ ਬਾਅਦ 'ਚ। ਮੈਂ ਬਹੁਤ ਵਧੀਆ ਸੋਚਿਆ ਸੀ, ਕਿਉਂਕਿ ਮੈਂ ਸਮਝਦਾ ਸੀ ਕਿ ਕਾਂਗਰਸ ਅਤੇ ਬਾਦਲ ਦਲ ਇਹ ਪੰਜਾਬ ਦੇ ਅਤੇ ਖਾਲਸਾ ਪੰਥ ਦੇ ਦੁਸ਼ਮਣ ਨੇ। ਇਹਨਾਂ ਦੇ ਹੱਥ ਵਿੱਚ ਪਾਵਰ ਹੈ ਅਤੇ ਇਹ ਪਾਵਰ ਲੋਕਾਂ ਦੇ ਉੱਤੇ ਅਤੇ ਘੱਟ ਗਿਣਤੀਆਂ ਦੇ ਉੱਤੇ ਹਮੇਸ਼ਾ ਇਹਨੂੰ ਵਰਤਦੇ ਨੇ। ਅਤੇ ਮੈਂ ਚਾਹੁੰਦਾ ਸੀ ਕਿ ਜਿਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਿਧਾਂਤ ਹੈ, ਉਸ ਸਿਧਾਂਤ ਨੂੰ ਮੁੱਖ ਰੱਖਦਿਆਂ ਹੋਇਆਂ ਧਰਮ ਅਤੇ ਸਿਆਸਤ ਨੂੰ ਨਾਲ ਦੀ ਨਾਲ ਚਲਾਇਆ ਜਾਵੇ। ਮੈਂ ਉਹ ਕੋਸ਼ਿਸ਼ ਕੀਤੀ, ਜਿਹੜੀਆਂ ਵੀ ਬਰਗਾੜੀ ਮੋਰਚੇ ਦੇ ਵਿੱਚ ਜਥੇਬੰਦੀਆਂ ਆਉਂਦੀਆਂ ਰਹੀਆਂ, ਮੈਂ ਉਹਨਾਂ ਦੇ ਕੋਲ ਆਪ ਨਿਮਰਤਾ ਸਹਿਤ ਜਾ ਕੇ ਮੈਂ ਪੰਥ ਅਤੇ ਕੌਮ ਦਾ ਵਾਸਤਾ ਪਾ ਕੇ ਉਹਨਾਂ ਨੂੰ ਕਿਹਾ ਕਿ ਬਈ ਮੈਂ ਤਾਂ ਕਹਿ ਹੀ ਰਿਹਾ, ਪਰ ਸਾਰਾ ਕੌਮ ਸਾਰਾ ਪੰਜਾਬ ਜਿਹੜਾ ਹੈ ਉਹ ਕਹਿ ਰਿਹਾ ਬਈ ਤੁਸੀਂ ਇੱਕ ਪਲੇਟਫਾਰਮ ਦੇ ਉੱਤੋਂ ਚੋਣ ਲੜੋ ਤਾਂ ਕਿ ਇਹਨਾਂ ਦੋਵਾਂ ਧਿਰਾਂ ਨੂੰ ਹਰਾਇਆ ਜਾ ਸਕੇ। ਪਰ ਪਤਾ ਨਹੀਂ ਉਹ ਬਰਗਾੜੀ ਮੋਰਚੇ 'ਚ ਸੱਚੇ ਦਿਲੋਂ ਆਏ ਸੀ ਜਾਂ ਇੱਥੇ ਕੋਈ ਸਿਆਸੀ ਲਾਹ ਲੈਣ ਵਾਸਤੇ ਆਏ ਸੀ। ਉਹਨਾਂ ਨੇ ਮੇਰੀ ਗੱਲ ਨੂੰ ਸੁਣਿਆ ਨਹੀਂ ਅਤੇ ਆਪੋ ਆਪਣੀ ਮਰਜ਼ੀ ਕੀਤੀ ਅਤੇ ਆਪੋ ਆਪਣੇ ਜਿਹੜੇ ਪਰ ਉਹਨਾਂ ਨੇ ਵੱਡੇ ਕੀਤੇ। ਮੇਰਾ ਖਿਆਲ ਹੈ ਕਿ ਇਸ ਗੱਲ ਦਾ ਇਹ ਜਿਹੜਾ ਮੇਰਾ ਸਹੀ ਉਪਰਾਲਾ ਸੀ, ਉਹਨਾਂ ਨੇ ਇਹਨੂੰ ਨਹੀਂ ਮੰਨਿਆ ਅਤੇ ਉਹਨਾਂ ਨੂੰ ਹੁਣ ਪਛਤਾਵਾ ਵੀ ਆ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਸੀ ਅਤੇ ਉਹਦਾ ਖਮਿਆਜਾ ਵੀ ਸਾਰਿਆਂ ਨੇ ਭੁਗਤ ਲਿਆ। ਮਤਲਬ ਕਿਹੜੀ ਪਾਰਟੀ ਨਾਲ ਤੁਸੀਂ ਚਾਹੁੰਦੇ ਸੀ ਅਲਾਇੰਸ ਹੋਣਾ, ਕਿਉਂਕਿ ਜੇ ਆਪਾਂ ਸਮਝਦੇ ਮਾਨ ਦੀ ਗੱਲ ਕਰਦੇ ਹੈਗੇ ਹਾਂ, ਸ਼ਾਇਦ ਉਹਨਾਂ ਆਪ ਤਾਂ ਨਹੀਂ ਪਹੁੰਚ ਕੀਤੀ ਗਈ, ਤੁਸੀਂ ਕਿਹੜੀ ਪਾਰਟੀ ਨਾਲ ਅਲਾਇੰਸ ਕਰਨੀ ਚਾਹੁੰਦੇ ਸੀ, ਜ਼ਿਆਦਾ ਬਹੁ ਗਿਣਤੀ ਅਤੇ ਖਹਿਰੇ ਦੇ ਨਾਲ ਸੀ? ਨਹੀਂ, ਕੋਈ ਖਹਿਰੇ ਦੇ ਨਾਲ ਨਹੀਂ ਸੀ। ਜੇ ਮੈਂ ਬੈਂਸ ਨੂੰ ਪੁੱਛਿਆ ਉਹ ਕਹਿੰਦਾ ਵੀ ਸਾਰਾ ਕੁਛ ਮੇਰੇ ਨਾਲ, ਜੇ ਮੈਂ ਖਹਿਰਾ ਸਾਹਿਬ ਨੂੰ ਪੁੱਛਿਆ ਉਹ ਕਹਿੰਦਾ ਸਾਰਾ ਕੁਛ ਮੇਰੇ ਨਾਲ, ਜੇ ਮੈਂ ਬ੍ਰਹਮਪੁਰਾ ਸਾਹਿਬ ਨੂੰ ਮਿਲਿਆ ਉਹ ਕਹਿੰਦਾ ਵੀ ਸਾਰਾ ਪੰਥ ਮੇਰੇ ਨਾਲ ਤੁਰ ਪਿਆ, ਜੇ ਮੈਂ ਰਾਜੂ ਜੀ ਨੂੰ ਪੁੱਛਿਆ ਉਹ ਕਹਿੰਦੇ ਵੀ ਮਾਇਆਵਤੀ ਨੇ ਪ੍ਰਧਾਨ ਮੰਤਰੀ ਬਣ ਜਾਣਾ, ਸਾਰਾ ਕੁਛ ਹੈ ਹੀ ਸਾਡਾ। ਇਸ ਕਰਕੇ ਮੈਂ ਜਿਹਨੂੰ ਵੀ ਮਿਲਿਆ ਉਹਨੇ ਮੈਨੂੰ ਇਹੀ ਜਵਾਬ ਦਿੱਤਾ, ਪਰ ਅਸਲ ਵਿੱਚ ਕਿਸੇ ਦੇ ਨਾਲ ਕੁਛ ਵੀ ਨਹੀਂ ਸੀ। ਲੋਕ ਤਾਂ ਸਾਰਿਆਂ ਦੇ ਨਾਲ ਸੀ ਜੇ ਲੋਕਾਂ ਦੀ ਉਮੀਦ ਦੇ ਨਾਲ, ਲੋਕਾਂ ਦੀ ਜਿਹੜੀ ਰਜ਼ਾਮੰਦੀ ਸੀ ਉਹਨੂੰ ਸਮਝਦੇ ਹੋਏ, ਲੋਕਾਂ ਦੀ ਨਬਜ਼ ਨੂੰ ਸਮਝਦੇ ਹੋਏ, ਉਹ ਆਪੋ ਆਪਣੇ ਏਜੰਡੇ ਛੱਡ ਕੇ, ਆਪੋ ਆਪਣੇ ਨਿਸ਼ਾਨੇ ਛੱਡ ਕੇ, ਉਹ ਪੰਜਾਬ ਦੀ ਪ੍ਰੋਬਲਮ ਨੂੰ ਜਾਂ ਖਾਲਸਾ ਪੰਥ ਦੀ ਪ੍ਰੋਬਲਮ ਨੂੰ ਸਮਝਦੇ ਹੋਏ ਇੱਕ ਮੰਚ ਦੇ ਉੱਤੇ, ਜਿੱਥੋਂ ਵੀ ਜਿਹੜੀ ਪਾਰਟੀ ਦਾ ਉਮੀਦਵਾਰ ਵੱਧ ਵੋਟਾਂ ਲੈ ਸਕਦਾ ਸੀ, ਇਮਾਨਦਾਰੀ ਦੇ ਨਾਲ ਉਹਨੂੰ ਖੜ੍ਹਾ ਕਰਕੇ ਉਹ ਇੱਕ ਅਸੀਂ ਇੱਥੇ ਦਿੰਦੇ, ਜਿਹਦਾ ਸਦਕਾ ਜਿਹੜੇ ਪੰਜਾਬ ਦੇ ਲੋਕ ਸੀ ਜਿਹੜੇ ਦੋਵਾਂ ਪਾਰਟੀਆਂ ਤੋਂ ਬਹੁਤੇ ਜ਼ਿਆਦਾ ਦੁਖੀ ਸੀ। ਮੈਨੂੰ ਨਹੀਂ ਲੱਗਦਾ ਕਿ ਉਹ ਪੰਜਾਬ ਦੇ ਵਿੱਚ ਕਿਸੇ ਹੋਰ ਦੋਵਾਂ ਪਾਰਟੀਆਂ ਨੂੰ ਇੱਕ ਵੀ ਵੋਟ ਪਾਉਂਦੇ। ਅੰਮ੍ਰਿਤਸਰ ਬਰਗਾੜੀ ਮੋਰਚਾ 2 ਸੀਟਾਂ 'ਤੇ ਬਹੁਤ ਆਪਣਾ ਰੋਸ ਮੁਜ਼ਾਹਰੇ ਕਰਦਾ ਰਿਹਾ ਹੈਗਾ ਵਾ, ਜਿੱਥੇ ਬੀਬੀ ਹਰਸਿਮਰਤ ਕੌਰ ਬਾਦਲ ਸੀ ਜਾਂ ਸੁਖਬੀਰ ਬਾਦਲ ਸੀ, ਬਾਕੀਆਂ ਸੀਟਾਂ 'ਤੇ ਤੁਸੀਂ ਨਹੀਂ ਗਏ। ਜਿਵੇਂ ਆਪਾਂ ਖਡੂਰ ਸਾਹਿਬ ਦੀ ਪੰਥਕ ਸੀਟ ਗੱਲ ਕਰਦੇ ਹਾਂ, ਜੇ ਦੂਜੇ ਪਾਸੇ ਸਿਮਰਜੀਤ ਸਿੰਘ ਮਾਨ ਦੀ ਸੀਟ ਦੀ ਗੱਲ ਕਰਦੇ ਹਾਂ, ਬੜੀ ਵੱਡੀ ਹਾਰ ਹੋਈ ਆ ਉਹ, ਜਿਹੜੀ ਜਿੱਤ ਲਗਭਗ ਰਿਕਾਰਡ ਤੋੜ ਜਿੱਤ ਸੀ, ਹੁਣ ਵੱਡੀਆਂ ਹਾਰਾਂ ਦੇ ਜ਼ਰੂਰ ਬਦਲ ਲਈ ਆ, ਪੰਥ ਕਿਧਰਲੇ ਪਾਸੇ ਖੜ੍ਹਾ ਹੈਗਾ ਵਾ? 2 ਸੀਟਾਂ ਤੋਂ ਇਲਾਵਾ ਤੁਸੀਂ ਕਿਤੇ ਵੀ ਰੋਸ ਨਹੀਂ ਕੀਤਾ? ਨਹੀਂ, ਅਸੀਂ ਦੇਖੋ ਆਪਣੀ ਜਿੰਨੀ ਸਾਡੇ ਕੋਲ ਪਾਵਰ ਸੀ, ਬਠਿੰਡਾ ਅਤੇ ਫਿਰੋਜ਼ਪੁਰ ਅਤੇ ਫਰੀਦਕੋਟ, ਅਸੀਂ ਇੱਥੇ ਜਿਹੜੇ ਮਾਰਚ ਕੱਢੇ ਨੇ, ਕਿਉਂਕਿ ਇੱਥੇ ਉਹ ਬੰਦੇ ਚੋਣ ਲੜ ਰਹੇ ਸੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆਪਣੇ ਰਾਜ ਦੇ ਵਿੱਚ ਕਰਾਈ ਅਤੇ ਦੋਸ਼ੀਆਂ ਨੂੰ ਸ਼ਹਿ ਦਿੱਤੀ। ਅਸੀਂ ਨਹੀਂ ਸੀ ਚਾਹੁੰਦੇ ਕਿ ਉਹ ਦੁਬਾਰਾ ਪਾਵਰ ਦੇ ਵਿੱਚ ਆਉਣ, ਪਰ ਇਹ ਜਿਹੜੇ ਕਾਲੀਆਂ ਝੰਡੀਆਂ ਸੀ ਜਾਂ ਜਿਹੜਾ ਲੋਕਾਂ ਦਾ ਰੋਸ ਸੀਗਾ, ਉਹ ਪੂਰੇ ਪੰਜਾਬ ਦੇ ਵਿੱਚ ਲੋਕਾਂ ਨੇ ਉਹਨੂੰ ਸਾਥ ਦਿੱਤਾ ਹੈ ਅਤੇ ਬਾਦਲ ਦਲ ਨੂੰ ਖਿਲਾਰ ਕੇ ਰੱਖ ਦਿੱਤਾ। ਸਿਰਫ ਇੱਕ ਪਰਿਵਾਰ ਜਿੱਤਿਆ, ਉਹ ਪਰਿਵਾਰ ਲੋਕਾਂ ਦੀਆਂ ਜਾਂ ਪੰਥ ਦੀਆਂ ਵੋਟਾਂ ਦੇ ਨਾਲ ਨਹੀਂ ਜਿੱਤਿਆ, ਉਹ ਪਰਿਵਾਰ ਜਿੱਤਿਆ ਪੈਸੇ ਦੇ ਜ਼ੋਰ ਦੇ ਨਾਲ,
ਉਹ ਪਰਿਵਾਰ ਜਿੱਤਿਆ ਸਰਕਾਰ ਦੇ ਨਾਲ, ਮੌਜੂਦਾ ਸਰਕਾਰ ਦੇ ਨਾਲ ਸਮਝੌਤਾ ਕਰਕੇ। ਹੋਰ ਕੋਈ ਕਾਰਨ ਨਹੀਂ, ਇਹ ਜਿੱਤ ਨਹੀਂ। ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਇਹਨਾਂ ਨੇ ਉਹ ਗਲਤ ਕੰਮ ਕੀਤਾ ਸੀ ਆਪਣੀ ਸਰਕਾਰ ਦੇ ਵੇਲੇ। ਲੋਕਾਂ ਨੇ ਬਾਦਲ ਦਲ ਨੂੰ ਖਿਲਾਰ ਕੇ ਰੱਖਦਾ ਅਤੇ ਉਹਦਾ ਖਮਿਆਜ਼ਾ ਬਾਦਲ ਨੂੰ ਭੁਗਤਣਾ ਪਿਆ। ਇਹੋ ਗੱਲ ਸੁਖਬੀਰ ਜੀ ਵੀ ਕਹਿ ਰਹੇ ਆ, ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਤੁਸੀਂ ਸਾਨੂੰ ਹਰਾਉਣਾ ਚਾਹਿਆ ਸੀ, ਅਸੀਂ ਜਿੱਤ ਗਏ ਹਾਂ, ਤੁਸੀਂ ਕਾਂਗਰਸ ਨਾਲ ਰਲੇ ਹੋਏ। ਨਹੀਂ, ਉਹ ਨਹੀਂ ਜਿੱਤੇ, ਉਹ ਨਹੀਂ ਜਿੱਤੇ। ਅਸੀਂ ਨਾ ਕਾਂਗਰਸ ਨਾਲ ਰਲੇ ਹਾਂ, ਨਾ ਜਿਨ੍ਹਾਂ ਦੇ ਪਰਿਵਾਰ ਸ਼ਹੀਦ ਹੋਏ ਹੋਣ ਜਾਂ ਜਿਹੜੀ ਸਰਕਾਰ ਨੇ ਕਾਂਗਰਸ ਨੇ ਕੀਤੇ ਹੋਣ, ਉਹ ਆਪਦਾ ਕਦੀ ਖੂਨ ਨਹੀਂ ਵੇਚਦੇ ਹੁੰਦੇ। ਇਹ ਸੁਖਬੀਰ ਬਾਦਲ ਦੀ ਬੁਖਲਾਟ ਆ, ਐਸੀ ਗੱਲ ਕੋਈ ਨਹੀਂ। ਅਸੀਂ ਤਾਂ ਜਿਹੜੇ ਕੌਮ ਦੇ ਦੁਸ਼ਮਣ ਆ, ਅਸੀਂ ਉਹਨਾਂ ਦੇ ਵਿਰੁੱਧ ਲੜਾਈ ਲੜੀ ਹੈ। ਉਹ ਭਾਵੇਂ ਕਾਂਗਰਸ ਸੀਗੀ ਅਤੇ ਭਾਵੇਂ ਉਹ ਸੁਖਬੀਰ ਸਿੰਘ ਬਾਦਲ ਅਤੇ ਉਹਦਾ ਪਰਿਵਾਰ ਸੀ। ਪੰਥਕ ਸੀਟ ਨੂੰ ਕਿਵੇਂ ਲੈਂਦੇ ਹਾਂ? ਜੇ ਆਪਾਂ ਗੱਲ ਕਰੀਏ ਖਡੂਰ ਸਾਹਿਬ ਦੀ, ਅਤੇ ਇਸ ਟਾਈਮ 'ਤੇ ਬੜੀ ਵੱਡੇ ਪੱਧਰ 'ਤੇ ਹਾਰ ਹੋਈ ਆ, ਜਿੱਥੇ ਕਿ ਲਗਭਗ 40-42 ਸਾਲ ਤੋਂ ਵੱਧ ਇਤਿਹਾਸ ਦੁਹਰਾ ਕੇ ਕਾਂਗਰਸ ਉੱਥੇ ਆ ਗਈ ਆ, ਜਿਹੜੀ ਕਿ ਹਮੇਸ਼ਾ ਹੀ ਅਕਾਲੀ ਦਲ ਦੇ ਕਬਜ਼ੇ ਜਿਹੜੀ ਤੈਰ ਕੀ ਉੱਥੋਂ ਬੀਬੀ ਪਰਮਜੀਤ ਕੋਲ ਖਾਲੜਾ। ਕੋਈ ਵੀ ਜਿਹੜਾ ਸਿੱਖ ਜਦੋਂ ਪੰਥਕ ਗਲਿਆਰਿਆਂ 'ਚੋਂ ਬਾਹਰ ਚਲਾ ਜਾਂਦਾ ਅਤੇ ਸਿੱਖ ਕੌਮ ਉਹਦੇ ਨਾਲੋਂ ਮੂੰਹ ਮੋੜ ਲੈਂਦੀ ਹੈ। ਮੈਂ ਬੀਬੀ ਜੀ ਦਾ, ਖਾਲੜਾ ਸਾਹਿਬ ਦਾ, ਜਸਵੰਤ ਸਿੰਘ ਖਾਲੜਾ ਜੀ, ਉਹਨਾਂ ਦੀ ਕੁਰਬਾਨੀ ਦਾ ਸਾਰੀ ਕੌਮ ਜਿੱਥੇ ਮਾਣ ਤਾਣ ਕਰਦੀ ਆ, ਆਪਾਂ ਵੀ ਬਹੁਤ ਕਰਦੇ। ਮੈਂ ਜਦੋਂ ਸ਼ੁਰੂਆਤ ਕੀਤੀ ਸੀ ਤਾਂ ਮੈਂ ਬੀਬੀ ਜੀ ਕੋਲ ਗੱਲ 'ਚ ਪੱਲਾ ਪਾ ਕੇ ਗਿਆ ਸੀ। ਮੈਂ ਕਿਹਾ ਬੀਬੀ ਜੀ, ਤੁਹਾਡੇ ਪਰਿਵਾਰ ਦੀ ਬਹੁਤ ਵੱਡੀ ਕੁਰਬਾਨੀ ਆ ਅਤੇ ਤੁਸੀਂ ਪੰਥ ਵੱਲੋਂ ਚੋਣ ਲੜੋ। ਪਰ ਉਹਨਾਂ ਨੇ ਮੈਨੂੰ ਕਿਹਾ, ਉਹਨਾਂ ਦੀ ਆਪਣੀ ਮਰਜ਼ੀ ਸੀ ਕਿ ਸਿੰਘ ਸਾਹਿਬ ਮੈਂ ਤੁਹਾਡਾ ਮਾਣ ਕਰਦੀ ਹਾਂ, ਪਰ ਮੈਂ ਚੋਣਾਂ ਦੇ ਮਸਲੇ ਵਿੱਚ ਨਹੀਂ ਆਉਣਾ ਚਾਹੁੰਦੀ, ਇਸ ਕਰਕੇ ਮੈਨੂੰ ਮਾਫੀ ਦਿਓ ਅਤੇ ਮੈਂ ਤੁਹਾਡੇ ਨਾਲ। ਉਹਨਾਂ ਨੇ ਜਵਾਬ ਦੇ ਦਿੱਤਾ। ਉਸ ਤੋਂ ਬਾਅਦ ਦੇ ਵਿੱਚ ਉਹ ਖਹਿਰਾ ਪਾਰਟੀ ਨੇ ਜਾ ਕੇ ਲੜੇ? ਹਾਂਜੀ, ਫਿਰ ਇਹ ਤਾਂ ਫਿਰ ਉਹਨਾਂ ਦੀ ਮਰਜ਼ੀ ਆ ਜਾਂ ਖਹਿਰਾ ਸਾਹਿਬ ਨੇ ਉਹਨਾਂ ਨੂੰ ਕੀ ਕਿਹਾ। ਅਤੇ ਬਾਅਦ ਵਿੱਚ ਵੀ ਕਈ ਲੋਕਾਂ ਦੀ ਰਹਿ ਆਈ ਸੀ, ਕਈ ਜਥੇਬੰਦੀਆਂ ਦੀ, ਕਈ ਸੰਪਰਦਾਵਾਂ ਦੀ। ਮੇਰੇ ਕੋਲ ਵੀ ਫੋਨ ਆਏ ਸੀ ਵੀ ਜੇ ਅੱਜ ਵੀ ਬੀਬੀ ਆਜ਼ਾਦ ਤੌਰ ਦੇ ਉੱਤੇ ਚੋਣ ਲੜ ਲੈਣ ਤਾਂ ਸਾਰਾ ਪੰਥ ਜਿਹੜਾ ਉਹਨਾਂ ਦਾ ਸਾਥ ਦੇਣ ਲਈ ਤਿਆਰ। ਪਰ ਪਤਾ ਨਹੀਂ ਉਹਨਾਂ ਨੇ ਇਹ ਫੈਸਲਾ ਕਿਉਂ ਨਹੀਂ ਲਿਆ ਜਾਂ ਕਿੱਥੇ ਖੜੋਤ ਆ ਗਈ, ਇਹ ਤਾਂ ਚੰਗੀ ਤਰ੍ਹਾਂ ਤਾਂ ਉਹੀ ਦੱਸ ਸਕਦੇ ਨੇ। ਪਰ ਮੈਂ ਫਿਰ ਵੀ ਸਮਝਦਾ ਕਿ ਇੰਨੀ ਵੱਡੀ ਹਨੇਰੀ ਦੇ ਵਿੱਚ, ਇੰਨੇ ਵੱਡੇ ਪੈਸੇ ਅਤੇ ਜ਼ਬਰ ਦੇ ਵਿੱਚ, ਨਸ਼ਿਆਂ ਪੱਤਿਆਂ ਦੇ ਵਿੱਚ, ਜਦੋਂ ਪੂਰਾ ਜ਼ੋਰ ਸੀ ਕਾਂਗਰਸ ਵੱਲੋਂ ਵੀ ਅਤੇ ਅਕਾਲੀ ਦਲ ਵੱਲੋਂ ਵੀ, ਫਿਰ ਵੀ ਖਾਲਸਾ ਪੰਥ ਨੇ ਉਹਨਾਂ ਦਾ ਬਹੁਤ ਵੱਡਾ ਸਾਥ ਦਿੱਤਾ ਅਤੇ ਵੱਡੀ ਵੋਟ ਲੈ ਕੇ ਗਏ। 2,13,000 ਵੋਟ ਉਹਨਾਂ ਨੂੰ ਪਈ ਹੈਗੀ ਆ। ਸਵਾਲ ਉਹੀ ਮੈਂ ਦੁਬਾਰਾ ਕਰੂੰਗਾ, ਜੇ ਤੁਸੀਂ ਰੋਸ ਮਾਰਚ ਕਰ ਸਕਦੇ ਹਾਂ ਤਾਂ ਉਹਨਾਂ ਦੇ ਹੱਕ ਦੇ ਵਿੱਚ ਕਿਉਂ ਨਹੀਂ ਥੋੜ੍ਹਾ ਬਹੁਤਾ ਪ੍ਰਚਾਰ ਕਿਸੇ ਵੀ ਪਾਰਟੀ ਤੌਰ 'ਤੇ ਨਹੀਂ ਕੀਤਾ ਗਿਆ? ਦੇਖੋ, ਸਾਡੇ ਤੱਕ ਕਿਸੇ ਨੇ ਪਹੁੰਚ ਵੀ ਨਹੀਂ ਕੀਤੀ, ਹੈ ਨਾ। ਅਸੀਂ ਸੁਨੇਹਾ ਵੀ ਘੱਲਿਆ ਸੀ, ਪਰ ਪਤਾ ਨਹੀਂ ਸ਼ਾਇਦ ਸਾਡੇ ਗਿਆ ਕੋਈ ਹੋਰ ਪਾਰਟੀ ਨਾਰਾਜ਼ ਹੁੰਦੀ ਹੋਵੇ ਜਾਂ ਪਤਾ ਨਹੀਂ। ਆਪਾਂ ਜ਼ਬਰਦਸਤੀ ਵੀ ਨਹੀਂ ਕਰ ਸਕਦੇ, ਜਿੱਥੇ ਕੋਈ ਕਹੇ ਅਸੀਂ ਮੰਨ ਲਓ ਕਿਤੇ ਜਾਂਦੇ ਹਾਂ ਅਤੇ ਉਹ ਕਹਿਣ ਵੀ ਅਸੀਂ ਤਾਂ ਬੁਲਾਇਆ ਨਹੀਂ, ਫਿਰ ਉਹ ਸਾਰੀ ਜਿਹੜੀ ਗੱਲ ਧਰੀ ਧਰੀ ਰਹਿ ਜਾਂਦੀ ਹੈ। ਜਿੱਥੇ ਅਸੀਂ ਆਜ਼ਾਦ ਤੌਰ ਦੇ ਉੱਤੇ ਅਸੀਂ ਖੁੱਲ੍ਹੇਆਮ ਜਿਹੜਾ ਕਰ ਸਕਦੇ ਸੀ ਅਤੇ ਉਹ ਅਸੀਂ ਕੀਤਾ। ਅਸੀਂ ਬਾਦਲ ਨੂੰ ਉਹਦੇ ਘਰ ਦੇ ਅੱਗੇ, ਉਹਦੇ ਗੇਟ ਦੇ ਅੱਗੇ ਜਾ ਕੇ ਵੀ ਲਲਕਾਰਿਆ ਅਤੇ ਅਸੀਂ ਫਿਰੋਜ਼ਪੁਰ ਦੇ ਵਿੱਚ ਵੀ 2 ਮਾਰਚ ਕੱਢੇ ਨੇ, ਜਿਹਦਾ ਕਰਕੇ ਸਾਰਾ ਕੁਛ ਡੋਲ ਗਿਆ ਸੀ। ਪਰ ਅਖੀਰਲੇ ਸਮੇਂ ਦੇ ਉੱਤੇ ਚੋਰ ਅਤੇ ਕੁੱਤੀ ਰਲ ਗਏ ਸੀ, ਇਸ ਕਰਕੇ ਪੰਥ ਨੂੰ ਉੱਥੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਇਹੋ ਗੱਲ ਸੁਖਬੀਰ ਬਾਦਲ ਦਾ ਥੋੜ੍ਹੇ ਦਿਨ ਹੋ ਕੇ ਬਿਆਨ ਆਇਆ ਸੀ, ਰਾਜਪੁਰੇ ਦੇ ਵਿੱਚ ਘਟਨਾ ਹੋਈ ਆ, ਤੁਸੀਂ ਵੇਖੀ ਉੱਥੇ ਸਿੰਘਾਂ ਨੂੰ ਜਲੀਲ ਕੀਤਾ ਗਿਆ, ਜਿਵੇਂ ਬਰਗਾੜੀ ਦੇ ਵਿੱਚ ਘਟਨਾ ਘਟੀ ਸੀ, ਕੋਟਕਪੁਰੇ ਦੇ ਵਿੱਚ ਹੋਈਆਂ ਸੀ, ਉਸੇ ਤਰ੍ਹਾਂ ਸਿੰਘ ਇਕੱਠੇ ਹੁੰਦੇ ਆ, ਉਹਨਾਂ ਨੂੰ ਪੁਲਿਸ ਜ਼ਬਰਦਸਤੀ ਭਜਾਉਂਦੀ ਆ, ਡਾਂਗ ਸੋਟਾ ਵੀ ਕਰਦੀ ਆ। ਸੁਖਬੀਰ ਬਾਦਲ ਜੀ ਬਿਆਨ ਕਰਦੇ ਕਿ ਹੁਣ ਕਿੱਥੇ ਸਿੰਘ ਸਾਹਿਬ, ਤੁਹਾਡੇ ਵੱਲੋਂ ਕਿਹਾ ਪੁੱਛਿਆ ਗਿਆ ਸਵਾਲ ਕਿ ਹੁਣ ਕਿੱਥੇ ਹੈਗੇ ਆ, ਜਦੋਂ ਅਕਾਲੀ ਦਲ ਵੇਲੇ ਕੋਈ ਗੱਲਬਾਤ ਹੁੰਦੀ ਸੀ ਅਤੇ ਇੱਕਦਮ ਫੌਜਾਂ ਲੈ ਕੇ ਚੜ ਜਾਂਦੇ ਸੀ, ਪਰ ਹੁਣ ਕਾਂਗਰਸ ਪੱਖੀ ਤੁਸੀਂ ਕਿਉਂ ਨਹੀਂ ਹੁਣ ਉਹਦਾ ਪੱਖ ਪੂਰਿਆ? ਐਸੀ ਕੋਈ ਗੱਲ ਨਹੀਂ ਹੈਗੀ। ਮਲੇਰਕੋਟਲੇ ਦੇ ਵਿੱਚ ਬੇਅਦਬੀ ਹੋਈ ਅਤੇ ਅਸੀਂ ਉਸੇ ਵੇਲੇ ਗਏ ਜਦ ਸਾਨੂੰ ਸੁਨੇਹਾ ਮਿਲਿਆ। ਰਾਜਪੁਰੇ ਦੇ ਵਿੱਚ ਜਦੋਂ ਘਟਨਾ ਵਾਪਰੀ ਹੈ, ਜਦੋਂ ਖਤਮ ਹੋ ਗਈ, ਜਦੋਂ ਸਾਰਾ ਸਮਝੌਤਾ ਹੋ ਗਿਆ ਅਤੇ ਸਾਨੂੰ ਉਦੋਂ ਪਤਾ ਲੱਗਿਆ। ਇਹ ਜਿੱਥੇ ਵੀ ਕੋਈ ਘਟਨਾ ਵਾਪਰਦੀ ਹੈ, ਮੈਂ ਅੱਗੇ ਤੋਂ ਵੀ ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਵੀ ਜਿੱਥੇ ਵੀ ਕੋਈ ਇਸ ਤਰ੍ਹਾਂ ਦੀ ਗੱਲ ਪੰਥ ਦੇ ਨਾਲ, ਕੌਮ ਦੇ ਨਾਲ, ਸਾਡੇ ਗੁਰੂ ਸਾਹਿਬ ਦੇ ਨਾਲ ਕੋਈ ਘਟਨਾ ਵਾਪਰਦੀ ਹੈ ਤਾਂ ਫੌਰਨ ਤੌਰ ਦੇ ਉੱਤੇ ਸਾਨੂੰ ਸੂਚਿਤ ਕਰਨਾ ਬਹੁਤ ਜ਼ਰੂਰੀ ਹੈ।
ਅਤੇ ਜਦੋਂ ਸਾਨੂੰ ਪਤਾ ਲੱਗ ਜਾਏ ਫਿਰ ਅਸੀਂ ਸਾਰੇ ਕੰਮ ਛੱਡ ਕੇ ਜਾਣ ਨੂੰ ਤਿਆਰ ਹਾਂ। ਹੋਰ ਸਾਡਾ ਕੰਮ ਕੀ, ਅਸੀਂ ਕਰਨਾ ਵੀ ਕੀ ਹੈ? 6 ਜੂਨ ਬਾਰੇ ਕੀ ਸੰਗਤ ਨੂੰ ਕਹੋਗੇ, ਕਿਉਂਕਿ ਇਹ ਦਿਹਾੜੇ ਚੱਲ ਰਹੇ ਆ, 6 ਤਰੀਕ ਦੇ ਜਿਹੜੇ ਕਿ ਪ੍ਰੋਗਰਾਮ ਹੋਣੇ ਆ, ਉੱਥੇ ਤੁਹਾਡੀ ਕਿਵੇਂ ਸ਼ਮੂਲੀਅਤ ਹੋ? 6 ਜੂਨ ਦਾ ਦਿਹਾੜਾ ਜਿਹੜਾ ਹੈ, ਇਹ ਤਾਂ ਸਾਡੇ ਵਾਸਤੇ ਪੂਰਾ ਹਫ਼ਤਾ ਹੀ ਬੜਾ ਦਰਦਨਾਕ ਆ। ਉਹ ਜੋ ਕੁਛ ਕਾਂਗਰਸ ਸਰਕਾਰ ਨੇ ਸਾਡੇ ਨਾਲ ਕੀਤਾ ਜਾਂ ਸਾਡੇ ਪੰਥਨ ਕੌਮ ਦੇ ਨਾਲ ਵਾਪਰਿਆ, ਉਹ ਤਾਂ ਅਸੀਂ ਮਰ ਕੇ ਵੀ ਨਹੀਂ ਭੁਲਾ ਸਕਦੇ। ਪਰ ਅਸੀਂ ਬੇਬਸ ਹਾਂ, ਸਾਡੀ ਸਰਕਾਰੀ ਦਰਬਾਰੇ ਅਦਾਲਤਾਂ ਦੇ ਵਿੱਚ ਕੋਈ ਸੁਣਵਾਈ ਨਹੀਂ ਰਹੀ। ਹਮੇਸ਼ਾ ਦੇਸ਼ ਦੇ ਕਾਨੂੰਨ ਵੱਲੋਂ, ਦੇਸ਼ ਵੱਲੋਂ, ਦੇਸ਼ ਦੀਆਂ ਸਰਕਾਰਾਂ ਵੱਲੋਂ ਸਾਡੇ ਨਾਲ ਮਤਰੇਈ ਮਾਮਲਾ ਸਲੂਕ ਜਿਹੜਾ ਕੀਤਾ ਗਿਆ, ਸਗੋਂ ਸਾਨੂੰ ਦੋਸ਼ੀ ਜਿਹੜਾ ਉਹ ਠਹਿਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਤੇ ਇਸ ਲਈ ਉੱਥੇ ਜੋ ਕੁਛ ਵਾਪਰਿਆ ਉਹ ਬਰਦਾਸ਼ਤ ਤੋਂ ਬਾਹਰ ਆ, ਭੁੱਲਣਾ ਤਾਂ ਕੀ ਹੈ। ਮੈਂ ਤਾਂ ਸਾਰੀ ਸੰਗਤ ਨੂੰ ਬੇਨਤੀ ਕਰਦਾ, ਇੱਕ ਤਾਂ ਸਾਨੂੰ ਸਾਰਿਆਂ ਨੂੰ ਆਪਣੇ ਵਖਰੇਵੇਂ ਅਤੇ ਮਤਭੇਦ ਭੁਲਾ ਕੇ ਵਿਅਕਤੀਗਤ ਸੁਭਾਅ ਨੂੰ ਪਾਸੇ ਰੱਖ ਕੇ ਸਾਨੂੰ ਕੌਮੀ ਸੁਭਾਅ, ਪੰਥਕ ਸੁਭਾਅ ਬਣਾ ਕੇ ਸਾਨੂੰ ਗੁਰੂ ਦੇ ਸਮਰਪਣ ਹੋ ਕੇ ਸਾਨੂੰ ਇੱਕ ਆਵਾਜ਼ ਦੇ ਨਾਲ ਇੱਕ ਲੜਾਈ ਲੜਨੀ ਚਾਹੀਦੀ ਹੈ। ਦੂਸਰਾ ਇਹ ਆ ਕਿ ਸਾਨੂੰ ਸਾਰਿਆਂ ਨੂੰ 6 ਜੂਨ ਨੂੰ ਆਪਣੇ ਘਰਾਂ ਦੇ ਕੰਮ ਕਾਰ ਠੱਪ ਕਰਕੇ ਜਾਂ ਸੰਕੋਚ ਕੇ ਸਾਨੂੰ ਉਹ ਜਿਹੜੀ ਅਰਦਾਸ 6 ਜੂਨ ਨੂੰ ਸ਼ਹੀਦਾਂ ਦੀ ਹੁੰਦੀ ਹੈ, ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਸ਼ਮੂਲੀਅਤ ਕਰਨੀ ਚਾਹੀਦੀ ਹੈ ਅਮਨ ਪਸੰਦ ਢੰਗ ਤਰੀਕੇ ਦੇ ਨਾਲ। ਅਤੇ ਉਮੀਦ ਕਰਦੇ ਹਾਂ ਕਿ ਮੌਕੇ ਦੀ ਜਿਹੜੀ ਸਰਕਾਰ ਆ ਅਤੇ ਜਿਹੜੀ SGPC ਹੈ, ਜਿਵੇਂ ਹਰ ਸਾਲ ਦੀ ਤਰ੍ਹਾਂ ਟਕਰਾਓ ਦਾ ਉਹ ਮਾਹੌਲ ਬਣਾ ਲੈਂਦੇ ਨੇ, ਅਤੇ ਉਹਨਾਂ ਨੂੰ ਨਹੀਂ ਬਣਾਉਣਾ ਚਾਹੀਦਾ। ਉਹ ਗੁਰੂ ਦਾ ਘਰ ਆ, ਉੱਥੇ ਸਾਰਿਆਂ ਨੂੰ ਜਾਣ ਦਾ ਅਧਿਕਾਰ ਹੈ ਅਤੇ ਸਾਰਿਆਂ ਨੂੰ ਖੋਲ੍ਹਣੀ ਚਾਹੀਦੀ ਹੈ, ਕਿਸੇ 'ਤੇ ਕੋਈ ਪਾਬੰਦੀ ਨਹੀਂ ਲਾਉਣੀ ਚਾਹੀਦੀ ਅਤੇ ਨਾ ਹੀ ਉੱਥੇ ਬਾਹਲਾ ਫੋਰਸਾਂ ਦਾ ਉੱਥੇ ਜਿਹੜਾ ਤੈਨਾਤ ਕਰਨਾ ਉਹ ਜ਼ਰੂਰੀ ਹੈਗਾ। ਕੋਈ ਬਾਜ਼ਾਰਾਂ ਵਿੱਚ ਜਾ ਕੇ ਰੋਸ ਕਰੇ, ਕੋਈ ਉੱਥੇ ਜਾ ਕੇ ਅਰਦਾਸ ਵਿੱਚ ਸ਼ਾਮਿਲ ਹੋਵੇ, ਇਹ ਸਾਰਿਆਂ ਦਾ ਅਧਿਕਾਰ ਆ ਅਤੇ ਇਹਨੂੰ ਨਹੀਂ ਖੋਣਾ ਚਾਹੀਦਾ। ਅਮਨ ਪਸੰਦ ਤਰੀਕੇ ਦੇ ਨਾਲ ਹਰ ਬੰਦੇ ਨੂੰ ਇਹ ਕਾਨੂੰਨੀ ਅਧਿਕਾਰ ਵੀ ਹੈਗਾ। ਪਿਛਲੀ ਵਾਰ ਤਾਂ ਇੱਥੇ ਬਰਗਾੜੀ ਦਾ ਮੋਰਚਾ ਲੱਗਾ ਸੀ, ਉਦੋਂ ਵੀ ਉੱਥੇ, ਉਦੋਂ ਪਿਛਲੇ ਸਾਲ ਵੀ ਅਕਸਰ ਜਾਣ ਬੁੱਝ ਕੇ ਉੱਥੇ ਜਿਹੜੇ ਸੱਚੇ ਸੁੱਚੇ ਸਿੱਖ ਨੇ ਜਾਂ ਜਿਹੜੇ ਗੁਰੂ ਨੂੰ ਸਮਰਪਣ ਨੇ ਜਥੇਬੰਦੀਆਂ ਸੰਪਰਦਾਵਾਂ, ਉਹਨਾਂ ਨੂੰ ਬਦਨਾਮ ਕਰਨ ਦੇ ਵਾਸਤੇ ਉੱਥੇ ਹਰ ਸਾਲ ਕੋਈ ਨਾ ਕੋਈ ਇਹੋ ਜਿਹੀ ਗੱਲ ਜਿਹੜੀ ਉਹ ਸ਼ੋਅ ਕੀਤੀ ਜਾਂਦੀ ਹੈ, ਭਾਵੇਂ ਉਹ ਬਾਅਦ ਵਿੱਚ ਝੂਠੀ ਵੀ ਹੋ ਜਾਂਦੀ ਹੈ, ਪਰ ਇੱਕ ਵਾਰੀ ਮੌਕੇ 'ਤੇ ਇਹ ਕੀਤਾ ਜਾਂਦਾ ਕਿ ਆਹ ਜਿਹੜੇ ਲੋਕ ਸਾਰੇ ਆਏ ਨੇ ਅਰਦਾਸ ਵਿੱਚ, ਇਹ ਸਾਰੇ ਸ਼ਰਾਰਤੀ ਨੇ ਅਤੇ ਸਾਡਾ ਪ੍ਰਬੰਧ ਬੜਾ ਵਧੀਆ ਸੀ, ਇਹ ਸਾਰਾ ਕੁਝ ਟਾਲ ਲਿਆ। ਇਹ ਹੁਣ ਨਹੀਂ ਹੋਣਾ ਚਾਹੀਦਾ, ਕਿਉਂਕਿ ਅਮਨ ਪਸੰਦ ਤਰੀਕੇ ਦੇ ਨਾਲ ਸਾਰਿਆਂ ਨੂੰ ਉੱਥੇ ਸ਼ਹੀਦਾਂ ਨੂੰ, ਅਤੇ ਜਿਹੜਾ ਉੱਥੇ ਗੁਰੂ ਘਰ ਦੇ ਉੱਤੇ ਹਮਲਾ ਹੋਇਆ ਉਹਦੇ ਰੋਸ ਦੇ ਵਜੋਂ ਸਾਨੂੰ ਉੱਥੇ ਰੋਸ ਚਾਹੀਦਾ, ਨਾ ਕਿ ਆਕੜ ਨਾ ਹੰਕਾਰ। ਲਾਸਟ ਦੇ ਵਿੱਚੋਂ ਬਰਗਾੜੀ ਵਿੱਚ ਇੱਕ ਦੁਬਾਰਾ ਆਊਂਗਾ, ਬਰਗਾੜੀ ਮੋਰਚਾ ਜਿੱਥੇ ਲੱਗਾ ਸੀ ਉੱਥੇ 4 ਸਪੇਰੇ ਤਾਰ ਲਾ ਦਿੱਤੀ ਗਈ ਆ। ਇਹ ਤੋਂ ਅਗਲੇ ਪੜਾਅ ਦੀ ਗੱਲ ਕੀਤੀ ਸੀ ਤੁਸੀਂ, 6.5 ਮਹੀਨੇ ਦਾ ਇਕੱਠ ਸੀ, ਬਹੁਤ ਵੱਡਾ ਇਕੱਠ ਸੀ, ਸੰਗਤਾਂ ਕਿਤੇ ਵਿਰੋਧ 'ਚ ਵੀ ਹੋਈਆਂ, ਤੁਹਾਡੇ ਸਿੰਘ ਸਾਹਿਬ ਵੀ ਤੁਹਾਡੇ ਆਪਸੀ ਵਿਰੋਧੀ ਹੋਏ, ਪਰ 6.5 ਮਹੀਨੇ ਤੋਂ ਬਾਅਦ ਦੇ ਵਿੱਚ ਅਜੇ ਤੱਕ ਕੁਛ ਲੱਭ ਨਹੀਂ ਰਿਹਾ ਕੌਮ ਨੂੰ, ਕੀ ਕਹਿਣਾ ਚਾਹੋਗੇ? ਦੇਖੋ, ਸਿਆਣੇ ਕਹਿੰਦੇ ਕਿ ਅੱਗ ਤੋਂ ਡਰੀ ਟਟਿਆਣੇ ਤੋਂ ਵੀ ਡਰਦੀ ਹੈ। ਇਹ ਬਰਗਾੜੀ ਦਾ ਮੋਰਚਾ ਇੱਕ ਇਤਿਹਾਸ ਬਣਿਆ, ਇਹ ਕੋਈ ਛੋਟੀ ਮੋਟੀ ਗੱਲ ਨਹੀਂ ਸੀ। ਇਸ ਮੋਰਚੇ ਨੇ ਬਹੁਤ ਸਾਰੇ ਫੈਸਲੇ ਕੀਤੇ ਆ, ਬਹੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ। ਜਦੋਂ ਇਤਿਹਾਸਕਾਰ ਇਤਿਹਾਸ ਲਿਖਣਗੇ ਇਹ ਸਾਰਾ ਕੁਛ ਲਿਖਿਆ ਜਾਣਾ, ਪਰ ਨਾ ਸਰਕਾਰ ਨੂੰ ਕੋਈ ਤਕਲੀਫ ਦਿੱਤੀ, ਨਾ ਕਿਸੇ ਦੂਸਰੇ ਧਰਮ ਦੇ ਲੋਕਾਂ ਨੂੰ ਤਕਲੀਫ ਦਿੱਤੀ ਬਰਗਾੜੀ ਮੋਰਚੇ ਨੇ, ਨਾ ਇਹਦੇ ਵਿੱਚ ਕੋਈ ਰਾਹਗੀਰਾਂ ਨੂੰ ਕੋਈ ਤਕਲੀਫ ਹੋਈ। ਇੱਥੇ 6.5 ਮਹੀਨੇ ਅਮਨ ਰਿਹਾ, ਅਤੇ ਜਿਹੜੇ ਸਿੱਖਾਂ ਦੇ ਉੱਤੇ ਹਮੇਸ਼ਾ ਇਲਜ਼ਾਮਬਾਜ਼ੀ ਲਾਈ ਜਾਂਦੀ ਸੀ ਕਿ ਸਿੱਖ ਲੜਨ ਭਿੜਨ ਵਾਲੇ ਨੇ, ਇਹਨਾਂ ਨੂੰ ਅਕਲ ਨਹੀਂ ਹੈਗੀ, ਇਹ ਸ਼ਾਂਤ ਨਹੀਂ ਰਹਿ ਸਕਦੇ, ਬੈਠ ਕੇ ਗੱਲ ਨਹੀਂ ਕਰ ਸਕਦੇ, ਟੇਬਲ 'ਤੇ ਨਹੀਂ ਆ ਸਕਦੇ, ਉਹ ਜਿਹੜਾ ਇੱਕ ਇਤਿਹਾਸ ਰਚਿਆ 6.5 ਮਹੀਨੇ, ਉਹ ਇੱਕ ਬੜਾ ਵਿਲੱਖਣ ਆ। ਅਤੇ ਇਸ ਕਰਕੇ ਲੱਖਾਂ ਦੀ ਗਿਣਤੀ ਦੇ ਵਿੱਚ ਸਾਰੇ ਧਰਮਾਂ ਦੇ ਲੋਕ ਉੱਥੇ ਇਕੱਠੇ ਹੋਏ ਨੇ। ਇਸ ਮੋਰਚੇ ਤੋਂ ਸਰਕਾਰਾਂ ਮੰਨਣ ਜਾਂ ਨਾ ਮੰਨਣ, ਸਟੇਟ ਸਰਕਾਰ ਦੀ ਗੱਲ ਤੋਂ ਹੀ ਛੱਡੋ, ਸੈਂਟਰ ਸਰਕਾਰ ਹੀ ਲੱਗੀ ਸੀ ਅਤੇ ਪੂਰੇ ਦਾ ਪੂਰਾ ਵਰਲਡ ਦੇ ਜਿਹੜੇ ਲੋਕ ਸੀ ਇਹਦੇ ਨਾਲ ਜੁੜ ਗਏ ਸੀ। ਇਹ ਇੱਕ ਬੜਾ ਵੱਡਾ ਇਤਿਹਾਸ ਆ। ਅਸੀਂ ਕੋਈ ਇੱਥੇ ਅੱਜ ਮੋਰਚਾ ਲਾਉਣ ਦੇ ਰੋਂ ਵਿੱਚ ਨਹੀਂ ਹੈ। ਜਿਹੜੇ ਤਰੀਕੇ ਦੇ ਨਾਲ ਉੱਥੇ ਮੋਰਚਾਬੰਦੀ ਕੀਤੀ ਜਾ ਰਹੀ ਹੈ, ਤਾਰ ਲਾਈ ਜਾ ਰਹੀ ਹੈ, ਵੱਡੇ ਵੱਡੇ ਐਂਗਲ ਲਾ ਕੇ ਚੱਪੇ ਚੱਪੇ ਦੀ ਵਿੱਥੀ ਦੇ ਉੱਤੇ ਤਾਰਾਂ ਲਾਈਆਂ ਜਾ ਰਹੀਆਂ ਕਿ ਇੱਥੇ ਸਿੱਖ ਕਿਤੇ ਫੇਰ ਨਾ ਬੈਠ ਜਾਣ। ਅਸੀਂ ਇਸ ਤਰ੍ਹਾਂ ਨਹੀਂ, ਸ਼ਾਂਤਮਈ ਢੰਗ ਦੇ ਨਾਲ ਪਹਿਲਾਂ ਬੈਠੇ ਹਾਂ ਅਤੇ ਤੁਸੀਂ ਸਾਰਿਆਂ ਨੇ ਵੇਖਿਆ, ਸਰਕਾਰ ਨੇ ਵੇਖਿਆ,
ਅਜੇ ਅਸੀਂ ਤੁਹਾਨੂੰ ਇਹ ਮੌਕਾ ਦਿੰਦੇ ਹਾਂ ਕਿ ਜਿਹੜਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਉੱਥੇ ਕਹਿ ਕੇ ਗਏ ਉਹਨੂੰ ਪੂਰਾ ਕਰੋ। ਅਗਰ ਤੁਸੀਂ ਨਹੀਂ ਕਰੋਗੇ ਤਾਂ ਫਿਰ ਜਦੋਂ ਮੋਰਚਾ ਲਾਉਣਾ ਹੋਇਆ ਤਾਂ ਬਿਲਕੁਲ ਦੱਸ ਕੇ ਲਾਵਾਂਗੇ, ਅਤੇ ਜਦੋਂ ਮੋਰਚਾ ਲਾਉਣ ਲੱਗੇ ਇਹ ਤਾਰਾਂ ਤੂਰਾਂ ਸੰਗਤ ਨੂੰ ਰੋਕ ਨਹੀਂ ਸਕਦੀਆਂ। ਬਸ ਹਾਂ ਬਿਲਕੁਲ ਜੀ, ਇਸ ਨੂੰ ਭਾਈ ਧਿਆਨ ਸਿੰਘ ਜੀ ਮੰਡ ਤਾਰਾਂ ਨਹੀਂ ਸੰਗਤ ਨੂੰ ਰੋਕ ਸਕਦੀਆਂ, ਜਦੋਂ ਮੋਰਚਾ ਲੱਗੂਗਾ ਅਤੇ ਸ਼ਰੇਆਮ ਦੱਸਿਆ ਵੀ ਜਾਊਗਾ ਤਾਂ ਮੋਰਚਾ ਵੀ ਲੱਗੂਗਾ। ਵੇਖਦੇ ਹਾਂ ਅਗਲੇ ਪੜਾਅ ਦੀ ਰਣਨੀਤੀ ਕਿਹੋ ਜਿਹੀ ਹੁੰਦੀ ਆ। ਬਰਗਾੜੀ ਦੇ ਵਿੱਚ ਜਿੱਥੇ ਕਿ 4 ਸਾਲ ਹੋ ਚੁੱਕੇ ਆ, ਪਛਤਾ ਸਮਾਗਮ ਕਰਾਇਆ ਗਿਆ ਸੀ, ਅਰਦਾਸ ਬੇਨਤੀ ਕੀਤੀ ਗਈ, ਅਤੇ ਉਸ ਤੋਂ ਬਾਅਦ ਦੇ ਵਿੱਚ ਇਸ ਟਾਈਮ 6 ਜੂਨ ਵਾਸਤੇ ਸਾਰੀ ਸੰਗਤ ਨੂੰ ਅਕਾਲ ਤਖਤ ਸਾਹਿਬ 'ਤੇ ਪਹੁੰਚਣ ਦੀ ਬੇਨਤੀ ਆ, ਜਿਹੜੀ ਕਿ ਭਾਈ ਧਿਆਨ ਸਿੰਘ ਮੰਡ ਜੀ ਕਰ ਰਹੇ ਹੈਗੇ ਆ। ਅਤੇ ਬਰਗਾੜੀ ਮੋਰਚੇ ਦੇ ਅਗਲੇ ਪੜਾਅ ਦੀ ਜਦੋਂ ਗੱਲ ਕੀਤੀ ਆ ਤਾਂ ਉਹ ਕਹਿੰਦੇ ਕਿ ਮੋਰਚਾ ਲੱਗੂਗਾ, ਜਦੋਂ ਵੀ ਲੱਗੂਗਾ ਤਾਰਾਂ ਨਹੀਂ ਦੇਖ ਸਕਦੀਆਂ, ਜਿਹੜੀਆਂ ਤਾਰਾਂ ਸਰਕਾਰ ਵੱਲੋਂ ਲਾਈਆਂ ਜਾ ਰਹੀਆਂ ਹੈਗੀਆਂ ਵਾਂ, ਅਤੇ ਦੱਸ ਕੇ ਮੋਰਚਾ ਲਾਇਆ ਜਾਊਗਾ। ਵੇਖਦੇ ਹਾਂ ਅਗਲੇ ਪੜਾਅ ਦੀ ਰਣਨੀਤੀ ਕੀ ਹੁੰਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।